ਸਤਿ ਸ੍ਰੀ ਅਕਾਲ ਦੋਸਤੋ, ਇਹ ਵੀਡੀਓ ਅਸੀਂ ਪਾ ਰਹੇ ਹਾਂ ਨਛੱਤਰ ਮਿਸਤਰੀ ਉਰਫ ਨਛੱਤਰ ਜੀਰਾ ਦੀ ਸਪੋਰਟ ਚ। ਇਹੋ ਟੈਲੈਂਟ ਨੂੰ ਸਪੋਰਟ ਕਰੋ ਵੱਧ ਤੋਂ ਵੱਧ, ਤੇ ਅਸੀਂ ਨਾ ਪੰਜਾਬੀ ਇੰਡਸਟਰੀ ਦੇ ਵੱਡੇ ਵੱਡੇ ਸਟਾਰ ਸਪੋਰਟ ਚ ਆ ਗਏ ਨੇ, ਨਛੱਤਰ ਜੀਰੇ ਦੀ ਸਪੋਰਟ ਚ। ਤੇ ਇੱਕ ਮੇਰੇ ਨਾਲ ਬੈਠੇ ਨੇ ਵੱਡੇ ਸਟਾਰ ਪੰਜਾਬ ਦੇ, ਤੇ ਜੇ ਇਹਨਾਂ ਨੇ ਸਪੋਰਟ ਕਰਤੀ ਸਮਾਂ। ਦੋਸਤੋ, ਜਿੰਨਾ ਵੀ ਨਵਾਂ ਟੈਲੈਂਟ ਆ ਰਿਹਾ, ਸਾਨੂੰ ਚਾਹੀਦਾ ਕਿ ਹਮੇਸ਼ਾ ਸਪੋਰਟ ਕਰੀਏ। ਔਰ यार दोस्तों, नवा टैलेंट एक आया यो यो नछत्र सिंह, बहुत ही सरा उदिया वीडियोस मैं देखियां वायरल। सो तुसी सारे जने नछत्र मिस्त्री नु सपोर्ट करो, बहुत बढ़िया गाने मैं उदे सुने, बढ़िया लगे। चली होए जट नु ओए होए रखे वती बोर डब विच लोड करके, बस तेरे ते ही आगे गरारी अड़ जांदी है नी तेरे करके, करके ही पीसीआर दे हुटरे वजाउणे पैंदे ने नी तेरे करके, करके ही पीसीआर दे हुटरे वजाउणे पैंदे ने नी तेरे करके। इत्थे रख बई, थाने विच आई सी दुरपटे लखाण नू। बई जी मैं दस नहीं सकदा इस वेले ट्रक पार्क करके जेड़ा ओ मैं बई दा जो जो जेड़ा जीरे वाला नछत्र बई, मैं ना भी नछत्र गिल दे गीत सुने होणगे, पर बई दा कल दा गीत जेड़ा रिपीट वजन डिया, मैं ना आनंद करदा। ते मैं जिन्ने मेरे दोस्त इस वेले पंजाबी भरा ओ फ्री वे ते जेड़ा ओ अपना ट्रक शोल्डर कढ के ते नछत्र बई जो जो नछत्र जीरे वाला सर्च करो, मैं ना बई ने आदि करवा के रख दिया कल दा रिपीट जेड़ा गीत चलन डिया वा। नछत्र बई सलाम आ तुहाडा हूटरा नू, तुहाडी सोच नू, और तुसी गायकी दे अंबर च जेड़ी बड़ी तरक्की करोगे। ਉਹ ਹੌਸਲਾ ਤੂੰ ਰੱਖ ਭਰਪੂਰ ਬੱਲੀਏ, ਨਛੱਤਰ ਨੂੰ ਮਿਲਾਂਗੇ ਜ਼ਰੂਰ ਬੱਲੀਏ, ਗਾਣਿਆਂ ਦਾ ਮੈਨੂੰ ਇਹ ਜ਼ਰੂਰ ਬੱਲੀਏ, ਉਹ ਦਿਨ ਨਹੀਂ ਹੁਣ ਦੂਰ ਬੱਲੀਏ, ਜਦੋਂ ਉਹਦੇ ਨਾਲ ਗਾਣਾ ਮੇਰਾ ਆਊਗਾ, ਵੇਖੀ ਸਾਰਾ ਬਿੱਲੋ ਪਿੰਡ ਮੱਚ ਜਾਊਗਾ, ਨੀ ਮੱਚਦਿਆਂ ਨੂੰ ਮੱਚ ਲੈਣ ਦੇ, ਮੈਂ ਤਾਂ ਨਛੱਤਰ ਨਾਲ ਗਾਣਾ ਬਿੱਲੋ ਗਾਊਗਾ, ਨੀ ਮੱਚਦਿਆਂ ਨੂੰ ਮੱਚ ਲੈਣ ਦੇ, ਉਹ ਮੈਂ ਤਾਂ ਬੱਤੀ ਬੋਰ ਡੱਬ ਵਿੱਚ ਡਾਊਗਾ ਹਾਏ। ਹਾਂਜੀ ਬਾਈ ਜੀ, ਹਾਂਜੀ ਬਾਈ ਜੀ, ਸਤਿ ਸ੍ਰੀ ਅਕਾਲ। ਅਸੀਂ ਅੱਜ ਹੀ ਦੇਖੀ ਆ ਨਛੱਤਰ ਬਾਈ ਜੀ ਦੀ ਵੀਡੀਓ ਫੇਸਬੁੱਕ ਤੇ ਜਿਹਦੇ ਬਾਰੇ ਸਾਡੇ ਦੱਸਣ ਲੱਗੇ ਨੇ ਵੀਰ ਬਾਈ। ਅਸੀਂ ਬਹੁਤ ਜ਼ਿਆਦਾ ਇੰਸਪਾਇਰ ਹੋਏ ਹਾਂ ਉਹਨਾਂ ਤੋਂ, ਤੇ ਅਸੀਂ ਉਹਨਾਂ ਨੂੰ ਇੱਕ ਫੁੱਲ ਸਪੋਰਟ ਕਰ ਰਹੇ ਹਾਂ ਇਸ ਸਮੇਂ, ਉਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਅਸੀਂ ਆਪਣੇ ਨਛੱਤਰ ਬਾਈ ਜੀ ਨੂੰ ਕਿ ਇਸ ਸਮੇਂ ਆਸਟ੍ਰੇਲੀਆ ਦੇ ਵਿੱਚ ਇੰਨੀ ਕੁ ਜ਼ਿਆਦਾ ਉਹਨਾਂ ਦੀ ਫੇਮਸ ਹੋ ਰਹੀ ਹੈ ਵੀਡੀਓ ਤੇ, ਇੰਨੀ ਵਾਇਰਲ ਹੋ ਰਹੀ ਆ, ਤੇ ਅਸੀਂ ਦੱਸ ਨਹੀਂ ਸਕਦੇ। ਆਵਾਜ਼ ਬਾਈ ਜੀ ਦੀ ਬਹੁਤ ਸੋਹਣੀ ਹੈ। ਅਸੀਂ ਕੋਈ ਯੋ ਯੋ ਨਛੱਤਰ ਸਿੰਘ ਯੋ ਯੋ ਨਛੱਤਰ ਸਿੰਘ ਸਪੋਰਟ ਕਰ ਬਾਈ ਜੀ, ਤੈਨੂੰ ਪੈਸੇ ਵੀ ਦੇਵਾਂਗੇ ਜਿੰਨੇ ਡਾਲਰ। ਅਸੀਂ ਸੋਚ ਰਹੇ ਆ ਤੇ ਕਿਸੇ ਨਾਲ ਗੱਲ ਗੁੱਲ ਕਰਕੇ, ਕਿਉਂ ਅੱਗੇ ਨਿਊ ਈਅਰ ਦਾ ਪ੍ਰੋਗਰਾਮ ਆਉਣਾ, ਸ਼ਾਇਦ ਉਹਨਾਂ ਦਾ ਬਣ ਜਾਵੇ ਕਿਤੇ ਨਾ ਕਿਤੇ ਪ੍ਰੋਗਰਾਮ ਲਵਾਈਏ। ਹਾਂ, ਤੇ ਨਛੱਤਰ ਬਾਈ ਨੂੰ ਸਪੋਰਟ ਆ ਫੁੱਲ, ਤੇ ਸਾਰੇ ਕਹਿੰਦੇ ਨੇ ਵੀ ਹਾਂ, ਮੈਂ ਤਾਂ ਹੁਣ ਕੰਮ ਤੋਂ ਆ ਰਿਹਾ ਸੀਗਾ ਤੇ ਮੈਂ ਆਇਆ ਵੀ ਸਪੈਸ਼ਲ ਆਇਆ ਵਾ ਵੀ ਨਛੱਤਰ ਬਾਈ, ਮੈਂ ਦਿਖਾਇਆ ਇਹਨਾਂ ਨੂੰ, ਇਹ ਕਹਿੰਦੇ ਵੀ ਹਾਂ ਗੱਲਬਾਤ ਹੈਗੀ ਆ। ਤੇ ਅਸੀਂ ਉਮੀਦ ਕਰਦੇ ਹਾਂ ਨਛੱਤਰ ਬਾਈ ਜੀ ਇਸੇ ਤਰ੍ਹਾਂ ਹੋਰ ਵਧੀਆ ਵਧੀਆ ਗਾਣੇ ਸਾਡੇ ਲਈ ਲਿਆਉਂਦੇ ਰਹਿਣਗੇ, ਤੇ ਕੁਛ ਬਾਈ ਜੀ ਰੈਪ ਚ ਥੋੜਾ ਜਿਹਾ ਹੋਰ ਇਨਕਰੀਜ਼ ਕਰੋ ਰੈਪ, ਕੀਪ ਸਪੋਰਟਿੰਗ ਬ੍ਰੋ, ਕੀਪ ਸਪੋਰਟਿੰਗ, ਕੀਪ ਇਟ ਅਪ ਨਛੱਤਰ ਬਾਈ ਜੀ, ਲਾਈਕ ਯੂ, ਕਹਿ ਦੋ ਬਾਈ ਓਕੇ ਕਰੋ, ਥੋੜਾ ਬਾਈ, ਥੈਂਕ ਯੂ ਜੀ, ਥੈਂਕ ਯੂ। ਸਤਿ ਸ੍ਰੀ ਅਕਾਲ ਵੀਰੇ ਨਛੱਤਰ ਯੋਯੋ, ਬਹੁਤ ਵਧੀਆ ਲੱਗਾ ਤੇਰੀ ਵੀਡੀਓ ਦੇਖ ਕੇ, ਤੇ ਸਾਡੇ ਬਹਿਰੀਨ ਵਿੱਚ ਅਹੀ ਆ ਤੇ ਤੇਰੇ ਗਾਣੇ ਸੁਣੇ ਤੇ ਰਿਪੀਟ ਚੱਲ ਰਹੇ ਆ ਗਾਣੇ, ਕੁਛ ਬੰਦੇ ਤਾਂ ਪਾਲੇ ਫੈਨ ਹੋ ਗਏ ਤੇਰੇ, ਉਹਨਾਂ ਵਿੱਚੋਂ ਇੱਕ ਫੈਨ ਨਾਲ ਤੈਨੂੰ ਮਿਲਾਵਾਂਗੇ, ਆ ਦੇਖ ਤੇਰਾ ਫੈਨ। ਕੀ ਹਾਲ ਵੀਰ ਜੀ, ਸਤਿ ਸ੍ਰੀ ਅਕਾਲ। ਜਦੋਂ ਦਾ ਵੀਰੇ ਤੇਰਾ ਮੈਂ ਗਾਣਾ ਸੁਣਿਆ ਮੇਰੀ ਰੂਹ ਖੁਸ਼ ਹੋ ਗਈ ਏ, ਮੈਂ ਚਾਹੁੰਦਾ ਤੂੰ ਏਦਾਂ ਹੀ ਯਤ ਕਰਦਾ ਜਾਏ, ਅਸਮਾਨ ਨੂੰ ਚੜੇ, ਤੂੰ ਏਦਾਂ ਹੀ ਬੁਲੰਦੀਆਂ ਛੂੰਦਾ ਜਾਏ। ਇੱਕ ਫੈਨ ਆ ਗਈ ਹੈ ਤੁਹਾਡੇ, ਮੇਰੇ ਫੈਨ ਦੀ ਕੋਈ ਗੱਲ ਨੀ, ਤੁਸੀਂ ਕਹਿ ਤੁਹਾਨੂੰ ਜੋ ਕਹਿਣਾ ਸੀ ਸਪੋਰਟ ਕਰ ਦਿੱਤੀ ਹੈ। ਤੇ ਵੀਰੇ ਹੁਣ ਕਹੇ ਵੀਰੇ, ਬਹੁਤ ਵਧੀਆ ਤੂੰ ਗਾਣਾ, ਸੈਡ ਸੌਂਗ ਵੀ ਗਾਇਆ ਕਰ, ਬਹੁਤ ਸੋਹਣਾ ਜੱਚਦਾ ਤੇਰੀ ਆਵਾਜ਼ ਤਾਂ, ਜਿੱਦਾਂ ਨਵੇਂ ਸਿੰਗਰ ਸਾਰੇ ਫੇਲ ਕੀਤੇ ਹੋਏ ਆ ਤੂੰ, ਸਿਰਾ ਗਾਣਾ ਆ ਤੂੰ। ਉਹਨੇ ਕਿਹਾ ਸੈਡ ਗਾਈ ਕੋਈ ਯਾਰ। ਹਾਂ, ਤੇ ਇੱਕ ਸੈਡ ਸੌਂਗ ਜ਼ਰੂਰ ਆ ਬੰਦੇ ਦੀ ਫਰਮਾਇਸ਼ ਤੁਹਾਡੇ ਪਾਈ ਨੇ, ਰਿੱਕੀ ਦਾ ਨਾ ਹੋਏ, ਠੀਕ ਹੈ। ਹਾਂ, ਤੇ ਇੱਕ ਸੈਡ ਸੌਂਗ ਸੋਹਣਾ ਜਿਹਾ ਗਾਵੀਂ, ਤੇ ਅਸੀਂ ਤੇਰੀ ਵੀਡੀਓ ਦੀ ਵੇਟ ਕਰਾਂਗੇ ਜ਼ਰੂਰ। ਸਤਿ ਸ਼੍ਰੀ ਅਕਾਲ ਬਾਈ ਜੀ, ਮੈਂ ਅਮਨ ਪਟਿਆਲੇ ਤੋਂ ਆ, ਮੇਰਾ ਬਾਈ ਲਾਲੀ ਰਹਿਲ, ਇਹ ਵੀ ਬਾਈ ਪਟਿਆਲੇ ਤੋਂ ਆ,
ਬਾਈ ਅੱਜ ਅਸੀਂ 79 ਮਿਸਤਰੀ ਦਾ ਗਾਣਾ ਸੁਣਿਆ ਬਾਈ ਮੈਂ ਬਾਈ ਉਹਦਾ ਫੈਨ ਹੋ ਗਿਆ ਪਹਿਲਾਂ ਅਸੀਂ ਆਮ ਆਦਮੀ ਪਾਰਟੀ ਦੇ ਫੈਨ ਸੀਗੇ ਪਰ ਹੁਣ ਬਾਈ 79 ਦੇ ਫੈਨ ਹੋ ਗਏ ਬਾਈ ਬਾਈ ਐਡਾ ਕਿੱਲ ਗਾਣਾ ਗਾਇਆ ਉਹਨੇ ਬੱਲੇ ਕਰਕੇ ਭੈ ਜੋ ਬੱਲੇ ਬੱਲੇ ਕਰਾ ਦਿੱਤੀ ਬਾਈ ਅੱਗ ਲੱਗ ਗਈ ਅੱਗ ਬਾਈ ਗਾਇਕੀ ਦਾ ਮਸੀਹਾ ਮੈਂ ਕਿਹਾ ਪੰਜਾਬੀ ਗਾਇਕੀ ਦਾ ਕੀ ਬਣੂ ਮੈਨੂੰ ਕੁਛ ਨੀ ਉਸ ਵਜ੍ਹਾ 79 ਵਰ ਕੇ ਬੈਠੇ ਸਾਡਾ ਵੀਰ ਜਗਜੀਤ ਸਿੰਘ ਜੱਜ ਜੱਗੀ ਹੈ ਇਹ ਬਾਈ ਦਾ ਬਹੁਤ ਫੈਨ ਹੈ ਬਾਈ ਤੇਰਾ ਹਾਂ ਇਹ ਬਾਈ ਦੇ ਸਪੈਸ਼ਲੀ ਤੇਰੇ ਵਾਸਤੇ ਹੈੱਡਫੋਨ ਲੈ ਕੇ ਆਇਆ ਬਾਈ ਤੇਰਾ ਗਾਣਾ ਸੁਣਨ ਲਈ ਬਾਈ ਤੇਰੇ ਬਹੁਤ ਵੱਡੇ ਫੈਨ ਆ ਤੇਰੇ ਤੁਸੀਂ ਆਮ ਆਦਮੀ ਪਾਰਟੀ ਨੀ ਆ ਤਾਂ ਤੂੰ ਹੀ ਹੈ ਸਾਡਾ ਮੰਦੀ ਆ ਜੈ ਉਹ 79 ਜੈ ਉਹ ਬਾਈ 79 ਸਿੰਘ ਜੀਰੇ ਵਾਲੇ ਦੀ ਜੈ ਉਹ ਬਾਈ ਕਰਕੇ ਕਰਕੇ PCR ਦੇ ਹੂਟਰ ਵਜਾਉਣੇ ਪੈਂਦੇ ਆ ਤੇਰੇ ਕਰਕੇ ਠੀਕ ਹੈ ਵੀਰੇ ਥੈਂਕ ਯੂ ਹਾਂਜੀ ਸਤਿ ਸ਼੍ਰੀ ਅਕਾਲ ਵੀਰਿਓ ਮੈਂ ਪਿੱਛੇ ਯੋ 79 ਸਿੰਘ ਦੀ ਵੀਡੀਓ ਦੇਖੀ ਮੈਂ ਉਹਦੀ ਵੀਡੀਓ ਦੇਖ ਕੇ ਅਸੀਂ ਬੜੇ ਹੀ ਪ੍ਰਭਾਵਿਤ ਹੋਏ ਹਾਂ ਉਹਦੀ ਆਵਾਜ਼ ਸੁਣ ਕੇ ਮਾਇੰਡ ਬਲੋਇੰਗ ਆਵਾਜ਼ ਆ ਵੀਰ ਦੀ ਅਤੇ ਉਸਨੂੰ ਅਸੀਂ ਇੱਧਰੋਂ ਆਸਟ੍ਰੇਲੀਆ ਤੋਂ ਸਪੋਰਟ ਕਰਨਾ ਚਾਹੁੰਦੇ ਹਾਂ ਅਤੇ ਉਹ ਵੀਰ ਦੀ ਇੱਕ ਕੈਸਟ ਵੀ ਰਿਕਾਰਡ ਕਰਾਉਣਾ ਚਾਹੁੰਦੇ ਹਾਂ ਜਿਸ ਲਈ ਅਸੀਂ ਡਾਲਰ ਵੀ ਇਕੱਠੇ ਕੀਤੇ ਆ ਤੇ 79 ਵੀਰ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਆਪਦਾ ਅਕਾਊਂਟ ਹਾਂ ਇੱਕ ਤੁਹਾਡੇ ਲਈ ਫੋਨ ਨੰਬਰ ਫੋਨ ਵੀ ਲਿੱਤਾ ਸੀ ਆਈਫੋਨ 6 ਪਲੱਸ ਸਿਕਸ ਪਲੱਸ ਹੈ ਤੇ ਇਹ ਤੁਹਾਨੂੰ ਦੇਣਾ ਤੇ ਤੁਹਾਡੀ ਆਵਾਜ਼ ਸੁਣ ਕੇ ਤੇ ਆਪਦਾ ਅਕਾਊਂਟ ਨੰਬਰ ਸੈਂਡ ਕਰਿਓ ਸਾਨੂੰ ਤੇ ਤੁਹਾਨੂੰ ਅਸੀਂ ਡਾਲਰ ਵੀ ਪਾਉਣੇ ਆ ਤੇ ਵੀਰ ਮੇਰਿਆ ਕਰਦੇ ਚੜਾਈਆਂ ਕਰ ਚੱਕਦੇ ਫੱਟੇ ਅੜਾ ਦੇ ਬੂੰਦੇ 79 ਜੀਰਾ ਸਪੋਰਟ ਸਪੋਰਟ ਕਰਨੀ ਹੈਲੋ ਸਤਿ ਸ਼੍ਰੀ ਅਕਾਲ ਵੀਰੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਮੇਰੇ ਵੱਲੋਂ ਵੀ ਤੇ ਵੀਰੇ ਜਿਵੇਂ ਕਿ ਆਪਾਂ ਨੂੰ ਸਾਰੇ ਸੁਣ ਰਹੇ ਅੱਜ ਕੱਲ੍ਹ ਕਿ ਵੀ 79 ਭਾਅ ਜੀ ਦਾ ਸੌਂਗ ਹੈ ਨਾ ਤੇ ਬਹੁਤ ਹੀ ਅੱਤ ਗਾਇਆ ਬਾਈ ਨੇ ਬਹੁਤ ਹੀ ਸੋਹਣਾ ਗਾਇਆ ਤੇ ਅੱਜ ਤਕਰੀਬਨ ਆਪਣੇ ਸਾਰੇ ਪੰਜਾਬ ਦੇ ਵਿੱਚ ਜੋ ਨਿਊ ਯੂਥ ਹੈ ਜਨਰੇਸ਼ਨ ਹੈ ਪੰਜਾਬ ਦੇ ਵਿੱਚ ਨਹੀਂ ਪੂਰੇ ਵਰਲਡ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਬਾਈ ਦਾ ਹੁਣ ਆਪਾਂ ਸੁਣਿਆ ਸੀ ਇੱਕ ਫੋਰਮ ਤੋਂ ਵੀਡੀਓ ਆਈ ਸੀ ਬਾਈ ਦੀ ਤੇ ਅੱਜ ਕੱਲ੍ਹ ਫੈਨ ਨੇ ਬਾਈ ਸਾਰੇ ਇਹਨਾਂ ਦੇ ਤੇ ਗੱਲ ਕੀ ਹੈ ਕਿ ਵੀ ਅਸੀਂ ਵੀ ਫੈਨ ਹੋ ਗਏ ਹਾਂ ਮੈਂ ਵੀ ਬਹੁਤ ਵੱਡਾ ਫੈਨ ਹੋ ਗਿਆ ਬਾਈ ਬਾਈ 79 ਸਿੰਘ ਦਾ ਪੇਪਰ ਵਾਲੇ ਦਿਨ ਸੀਗਾ ਪੜ੍ਹ ਰਹੇ ਸੀਗੇ ਪੜ੍ਹ ਰਹੇ ਸੀ ਪਰ ਉਹਦੀ ਵੀਡੀਓ ਬਾਰ ਬਾਰ ਰਿਪੀਟ ਦੇਖੀ ਜਾ ਰਹੀ ਹੈ ਬੋਰ ਹੋ ਗਏ ਸੀ ਸੋਚਿਆ ਵੀ ਬਾਈ 79 ਦਾ ਸੌਂਗ ਸੁਣੇ ਮਾਈਂਡ ਫਰੈਸ਼ ਹੋ ਜਾਣਾ ਤੇ ਬਾਕੀ ਅਸੀਂ ਵੀ ਪਹਿਲਾਂ ਬੋਹੀ ਭਾਅ ਜੀ ਨੂੰ ਸੁਣਦੇ ਹੁੰਦੇ ਸੀ ਰੈਪ ਸੁਣਦੇ ਸੀ ਉਹਨਾਂ ਦੇ ਪਰ ਇਹਨਾਂ ਦਾ ਰੈਪ ਸੁਣ ਕੇ ਕੁਛ ਹੋਰ ਅੱਗੇ ਜਿਹਾ ਫੀਲ ਹੋਇਆ ਡਿਫਰੈਂਟ ਜਿਹਾ ਫੀਲ ਹੋਇਆ ਸੋ ਮੈਂ ਵੀ ਮੈਂ ਸੋਚ ਰਿਹਾ ਵੀ ਮੈਂ ਗਾ ਕੇ ਦਿਖਾਵਾਂ ਹਨਾ ਉਹਦਾ ਮੰਗ ਪਰ ਹਾਂ ਇਹ ਬਾਈ ਯੋ 79 ਸਿੰਘ ਦੀ ਇੱਕ ਕੋਈ ਰੈਪ ਕਰੀ ਵੀ ਗਾਊਗਾ ਪਰ ਅਸੀਂ ਉਹਦੇ ਵਰਗਾ ਤਾਂ ਨਹੀਂ ਕਰ ਸਕਦੇ ਪਰ ਉਹਦੀ ਮੜੀ ਥੋੜੀ ਜਿਹੀ ਕਾਪੀ ਜ਼ਰੂਰ ਕਰ ਸਕਦੇ ਹਾਂ ਹਾਂ ਬਾਈ ਗਾ ਬਣਾ ਮੈਂ ਪਹਿਲਾਂ ਗਾਉਣ ਤੋਂ ਪਹਿਲਾਂ 79 ਭਾਅ ਜੀ ਤੋਂ ਗੁਸਤਾਖੀ ਮੈਂ ਮਾਫ ਚਾਹੁੰਦਾ ਵੀ ਜੇ ਕੁਛ ਨਹੀਂ ਹੋਇਆ ਗਲਤੀ ਸੋ ਬਾਈ ਦਾ ਰੈਪ ਸੀਗਾ ਕੁਰਸੀ ਰੈਪ ਅਸੀਂ ਇਸ ਕਰਕੇ ਜਾ ਰਹੇ ਕਿਉਂਕਿ ਮੇਰੇ ਸਾਡੇ ਪੇਰੈਂਟਸ ਨੇ ਜੋ ਪੁਲਿਸ ਦੇ ਵਿੱਚ ਨੇ ਸੋ ਬੜਾ ਚੰਗਾ ਫੀਲ ਹੋਇਆ ਕਹਿੰਦੇ ਕਿ ਵੀ ਉਹ ਪੁਰਸੀਆਂ ਦੀ ਟੋਲੀ ਮਸ਼ਹੂਰ ਕਿਸੇ ਗੱਲ ਦਾ ਗਰੂਰ ਨਾ ਡੁੱਲੇ ਸਟੈਂਡ ਭਰਪੂਰ ਨਸ਼ੇ ਪੱਤੇ ਤੋਂ ਦੂਰ ਬਸ ਮਰਦਾਨਗੀ ਦਾ ਗਰੂਰ ਉਹ ਪੁਰਸੀਆਂ ਡੰਡਾ ਮਸ਼ਹੂਰ ਜਿਹੜਾ ਮਾਰ 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 ਬੈਰੀਆਂ ਦੇ ਹੱਡ ਕਰੇ ਚੂਰ ਤੇ ਬਾਈ ਨੇ ਪਿੱਛੇ ਕਹਿੰਦਾ ਆਹਾਂ ਉਹ ਬੜਾ ਬਾਈ ਹੱਥ ਲੱਗਿਆ ਜਾ ਨਹੀਂ ਕੱਢ ਲੈਂਦਾ ਬਾਈ ਉਹ ਤੇਰੇ ਕਰਕੇ ਮਿਸਤਰੀ ਦੇ ਬਿਗ ਫੈਨ ਆ ਤੇ ਉਹਨਾਂ ਦੇ ਘਰ ਦੇ ਭੰਗੜਾ ਪਾਵਾਂਗੇ ਜੀ ਲਓ ਜੀ ਕਰਕੇ ਮਸ਼ਹੂਰ ਸਿਰਾ ਬਹੁਤ ਅੱਗੇ ਜਾਊਗਾ ਗਰੰਟੀ ਹੈ ਹੋਰ ਵੀ ਤਰੇ ਨਾਲ ਗਾਣਾ ਗਾਣ ਲਈ ਮਜਬੂਰ ਹੋ ਕੇ ਆਊਗੀ ਇਹ ਗਰੰਟੀ ਪੱਕੀ ਗੱਲ ਦਿੱਤਾ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਮੈਂ ਰਹਿਮਤ ਮੋਗੇ ਤੋਂ ਪਹਿਲਾਂ ਤਾਂ ਬਾਈ 79 ਨੂੰ ਵਧਾਈਆਂ ਗਾਣੇ ਦੀਆਂ ਬਹੁਤ ਬਹੁਤ ਕਿਉਂਕਿ 79 ਨਾਂ ਦੇ ਬਾਈ ਬੰਦੇ ਤਾਂ ਬਹੁਤ ਹੈਗੇ ਦੁਨੀਆਂ 'ਤੇ ਹੈ ਨਾ ਪਰ ਉਸ ਭੀੜ 'ਚ ਨਾਂ ਬਣਾਉਣਾ ਬਹੁਤ ਔਖਾ ਵਾ ਕਿਸੇ ਨੂੰ ਇੰਟਰਟੇਨ ਕਰਨਾ ਬਹੁਤ ਔਖਾ ਵਾ ਪਹਿਲਾ ਫੈਨ ਤਾਂ ਬਾਈ ਮੈਂ ਹੈਗਾ ਬਾਈ ਬੱਬੂ ਮਾਨ ਦਾ ਠੀਕ ਹੈ ਅਤੇ ਦੂਜਾ ਫੈਨ ਵੀਰੇ ਮੈਂ ਤੇਰਾ ਹੋ ਗਿਆ
ਤੇ ਮਾਲਕ ਤੇ ਮੈਂ ਚੜ੍ਹਦੀ ਗਾਜ ਰੱਖੇ ਨਵੇਂ ਨਵੇਂ ਗਾਣੇ ਬਈ ਯਾਰ ਪਾਉਂਦਾ ਰਵੇ ਤੂੰ ਐਂ ਲੋਕਾਂ ਨੂੰ ਇੰਟਰਟੇਨ ਕਰਦਾ ਰਵੇ ਚੱਲ ਠੀਕ ਹੈ ਬਈ ਨਹੀਂ ਕਹੂੰਗਾ ਲਵ ਯੂ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਇੰਡਸਟਰੀ ਨੂੰ ਜੋ ਆ ਨਵਾਂ ਨਛੱਤਰ ਸਿੰਘ ਮਿਸਤਰੀ ਸਿੰਗਰ ਮਿਲਿਆ ਇਸ ਸਿੰਗਰ ਦੀ ਪੰਜਾਬੀ ਇੰਡਸਟਰੀ ਨੂੰ ਬਹੁਤ ਜ਼ਿਆਦਾ ਲੋੜ ਸੀ ਇਹ ਇੱਕ ਕਿੱਲ ਤਾਂ ਕਿੱਲ ਇਹ ਇੱਕ ਕੀਲਾ ਇੱਕ ਥੰਮ ਆ ਪੰਜਾਬੀ ਇੰਡਸਟਰੀ ਦੇ ਲਈ ਅਸੀਂ ਚਾਹੁੰਦੇ ਹਾਂ ਵੀ ਜਿੰਨੇ ਵੀ ਸਾਡੇ ਵੀਰ ਇਸਦਾ ਮਜ਼ਾਕ ਉਡਾਉਂਦੇ ਆ ਮਜ਼ਾਕ ਨਹੀਂ ਉਡਾਉਣਾ ਚਾਹੀਦਾ ਕਿਉਂਕਿ ਇਹ ਬਹੁਤ ਵੱਡਾ ਉਤਸ਼ਾਹ ਬਹੁਤ ਵੱਡੀ ਕਾਮਯਾਬੀ ਆ ਉਹਦੇ ਲਈ ਜੋ ਉਹ ਪਹਿਲਾਂ ਤਾਂ ਗਾਉਂਦਾ ਹੀ ਆ ਲੱਖਾਂ ਲੋਕਾਂ ਮੂਹਰੇ ਗਾਉਣਾ ਬੜਾ ਔਖਾ ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਇਸ ਵੀਰ ਦਾ ਹੌਸਲਾ ਵਧਾਈ ਕੀਤੀ ਜਾਵੇ ਜਿੰਨੀ ਜ਼ਿਆਦਾ ਤੋਂ ਜ਼ਿਆਦਾ ਕੀਤੀ ਜਾਵੇ ਐਡੇ ਮਸ਼ਹੂਰ ਸਿੰਗਰ ਸ਼ਹਿਰੀ ਮਾਨਬਾਈ ਨੇ ਵੀ ਉਸਨੂੰ ਪ੍ਰਮੋਟ ਕੀਤਾ ਬਈ ਉਸਦਾ ਹੌਸਲਾ ਵਧਾਇਆ ਜਾਵੇ ਇਸ ਕਰਕੇ ਜੋ ਵੀ ਮੇਰੇ ਵੀਰ ਉਸਦਾ ਮਜ਼ਾਕ ਉਡਾਉਂਦੇ ਆ ਮਜ਼ਾਕ ਨਹੀਂ ਉਡਾਉਣਾ ਚਾਹੀਦਾ ਇਸ ਕਰਕੇ ਨਛੱਤਰ ਸਿੰਘ ਮਿਸਤਰੀ ਨੂੰ ਵਾਕਈ ਕਿੱਲ ਵਾਂਗੂ ਗੱਡਣਾ ਚਾਹੀਦਾ ਥੰਮ ਮੁੰਡਾ ਉਹ ਪੰਜਾਬ ਦੇ ਲਈ ਆਉਣ ਵਾਲੇ ਸਮੇਂ ਚ ਅਸੀਂ ਸਾਰੇ ਵੀਰ ਉਸਦੀ ਸਪੋਰਟ ਕਰਦੇ ਹਾਂ ਉਹਦੇ ਨਾਲ ਬਸ ਸਾਡੀ ਸਾਰਿਆਂ ਦੀ ਸਪੋਰਟ ਆ ਬਾਈ ਜੀ ਗੱਡ ਕੇ ਸਾਰੇ ਮੇਰਾ ਵੀਰ ਉਸ ਨੂੰ ਸਪੋਰਟ ਕਰੋ ਉਹਦਾ ਮਜ਼ਾਕ ਨਾ ਉਡਾਓ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਮੇਰੇ ਵੀਰੋ ਥੈਂਕ ਯੂ ਵੀਰੇ ਸਾਡੇ ਬਾਈ ਮਿਸਤਰੀ ਤੱਕ ਪਹੁੰਚ ਬਈ ਸਤਿ ਸ਼੍ਰੀ ਅਕਾਲ ਜੀ ਮੈਂ ਕੱਲ ਇੱਕ ਵੀਰ ਦਾ ਗਾਣਾ ਸੁਣਿਆ ਨਛੱਤਰ ਸਿੰਘ ਜੀਰੇ ਵਾਲਾ ਲੋਕੀ ਚਾਹੇ ਜਿੱਦਾਂ ਮਰਜ਼ੀ ਉਹਦਾ ਮਜ਼ਾਕ ਉਡਾ ਰਿਹਾ ਚਾਹੇ ਉਹਨੂੰ ਮਿਸਤਰੀ ਕਹਿ ਰਹੇ ਜੋ ਵੀ ਹੈ ਵੀ ਬਟ ਇੱਕ ਗੱਲ ਦੇਖਣ ਵਾਲੀ ਆ ਕਿ ਮੁੰਡੇ ਦੇ ਵਿੱਚ ਟੈਲੈਂਟ ਕਿੰਨਾ ਉਹਨੇ ਗਾਣਾ ਲਿਖਿਆ ਵਧੀਆ ਲਿਖਿਆ ਅਤੇ ਮੈਂ ਇਸ ਮੁੰਡੇ ਨੂੰ ਸਪੋਰਟ ਕਰਦਾ ਹਾਂ ਨਵਾਂ ਟੈਲੈਂਟ ਆ ਅਤੇ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਆਪਣੇ ਕਿਸੇ ਇੱਕ ਵੀਡੀਓ ਤੋਂ ਆਪਣੇ ਹਜ਼ਾਰਾਂ ਵਿਊਜ਼ ਲੈਣੇ ਕਿੱਥੇ ਆਪਾਂ ਇੱਕ ਦੂਜੇ ਨੂੰ ਕਹਿ ਕੇ ਕਿ ਆਪਣਾ ਕੋਈ ਗਾਣਾ ਜਾਂ ਕੋਈ ਆਪਣਾ ਵੀਡੀਓ ਜਾਂ ਕੁਛ ਸ਼ੇਅਰ ਕਰਵਾਉਂਦੇ ਕਿ ਯਾਰ ਮੇਰਾ ਸ਼ੇਅਰ ਕਰ ਦਿਉ ਕਿ ਸਾਡੇ ਵਿਊਵਰਸ ਹੋਣ ਅਤੇ ਉਸ ਬੰਦੇ ਦੇ ਮਾਲਕ ਦੀ ਇੰਨੀ ਕਿਰਪਾ ਹੋਈ ਕਿ ਉਸਦੇ ਘਰ ਬੈਠੇ ਉਸਨੇ ਆਪਣੇ ਇੱਕ ਨੋਰਮਲ ਜਿਹੇ ਫੋਨ ਤੋਂ ਆਪਣੇ ਇੱਕ ਵੀਡੀਓ ਬਣਾ ਕੇ ਪਾਈ ਆਪਣੇ ਲੈਰਿਕਸ ਲਿਖ ਕੇ ਪਾਏ ਅਤੇ ਉਹਦੇ ਅੱਜ ਇੰਨੇ ਕੁ ਜ਼ਿਆਦਾ ਆਪਣੇ ਕੈਨੇਡਾ ਬਾਹਰ ਆਸਟ੍ਰੇਲੀਆ ਨਿਊਜ਼ੀਲੈਂਡ ਬੈਠੇ ਵੀਰ ਸਾਰੇ ਉਸਦੇ ਗਾਣੇ ਨੂੰ ਸ਼ੇਅਰ ਕਰਦੇ ਪਏ ਆ ਅਤੇ ਅਸੀਂ ਪੰਜਾਬ ਦੇ ਵਿੱਚ ਬੈਠੇ ਸਾਰੇ ਵੀਰ ਉਸਦਾ ਮਜ਼ਾਕ ਉਡਾ ਰਹੇ ਹਾਂ ਮੈਂ ਆਪਣੇ ਸਾਰੇ ਵੀਰਾਂ ਨੂੰ ਕਹਿਣਾ ਚਾਹਾਂਗਾ ਕਿ ਇਹੋ ਜਿਹੇ ਬੰਦੇ ਦਾ ਮਜ਼ਾਕ ਨਾ ਉਡਾਓ ਉਸਦਾ ਟੈਲੈਂਟ ਦੇਖੋ ਉਸਨੇ ਗਾਣਾ ਲਿਖਿਆ ਵਧੀਆ ਲਿਖਿਆ ਅਤੇ ਬੋਲ ਵਧੀਆ ਉਹ ਤੇਰੇ ਕਰਕੇ ਨਹੀਂ ਹੂਟਰ ਵਜਾਉਣੇ ਪੈਂਦੇ ਨੇ ਨਹੀਂ ਤੇਰੇ ਕਰਕੇ ਬਹੁਤ ਵਧੀਆ ਵੀਰੇ ਲੱਗਾ ਰਹਾ ਜਿਹੜਾ ਜੋ ਕੁਛ ਕਹਿੰਦਾ ਕਹਿਣ ਦੇ ਉਹਨੂੰ ਉਹਨਾਂ ਵੱਲ ਵੇਖਣਾ ਪ੍ਰਵਾਹ ਨਾ ਕਰ ਇੱਦਾਂ ਹੀ ਲੱਗਾ ਰਹਾ ਰੱਬ ਤੈਨੂੰ ਤਰੱਕੀਆਂ ਦੇਵੇ ਹੈਲੋ ਜੀ ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਕੀ ਹਾਲ ਆ ਜੀ ਵੀਰ ਜੀ ਮੈਂ ਸਿੰਘਾਪੁਰ ਤੋਂ ਬੋਲ ਰਿਹਾ ਜੀ ਅਤੇ ਤੁਹਾਡਾ ਗਾਣਾ ਸੁਣਿਆ ਵਾ ਅਤੇ ਬਹੁਤ ਹੀ ਜ਼ਿਆਦਾ ਪਸੰਦ ਆਇਆ ਬਹੁਤ ਹੀ ਜ਼ਿਆਦਾ ਕਿਹਾ ਤੁਸੀਂ ਗਾਇਆ ਭਾਅ ਜੀ ਓਏ ਹੋਏ ਕਿਆ ਆਵਾਜ਼ ਆ ਭਾਅ ਜੀ ਤੁਹਾਡੀ ਮੈਨਾਂ ਪਰੇ ਬਾਤਾਂ ਜੀ ਮੈਨਾਂ ਆਤੀ ਗਰਾਤੀ ਭਾਅ ਜੀ ਤੁਸੀਂ ਓਏ ਹੋਏ ਕਿਆ ਤੁਸੀਂ ਲਿਖਿਆ ਭਾਅ ਜੀ ਕਰਕੇ ਆਏ ਹੋਏ ਹੋਏ ਵਜਾਉਣੇ ਪੈਂਦੇ ਆ ਨੀ ਤੇਰੇ ਕਰਕੇ ਭਾਅ ਜੀ ਸਿੰਘਾਪੁਰ ਵਿੱਚ ਤੁਹਾਡਾ ਗਾਣਾ ਰਿਪੀਟ ਤੇ ਰਿਪੀਟ ਚੱਲ ਰਿਹਾ ਜੀ ਮੈਨਾਂ ਕਿਆ ਬਾਤਾਂ ਕੱਲਾ ਕੱਲਾ ਲਫ਼ਜ਼ ਦਿਲ ਨੂੰ ਗੋਲੀ ਵਾਂਗੂ ਵੱਜਦਾ ਜੀ ਭਾਅ ਜੀ ਕਿਆ ਬਾਤਾਂ ਮੈਂ ਕਿਹਾ ਓਏ ਹੋਏ 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 ਕਿਆ ਤੁਹਾਡੀ ਭਾਅ ਜੀ ਹੇਕ ਆ ਓਏ ਹੋਏ ਕਿਆ ਬਾਤਾਂ ਭਾਅ ਜੀ ਚਾਰ ਜੀ ਵਾਹ ਭਾਅ ਜੀ ਵਾਹ ਕਿਆ ਬਾਤ ਹੈ ਭਾਅ ਜੀ ਕਿਆ ਲਿਖਿਆ ਤੁਸੀਂ ਵਾਹ ਜੀ ਵਾਹ ਮਸ਼ਹੂਰ ਓਏ ਹੋਏ ਭਾਅ ਜੀ ਕਿਆ ਬਾਤਾਂ ਨੇ ਤਾਂ ਤੇਰੇ ਵਜਾਉਣੇ ਪੈਂਦੇ ਆ ਨੀ ਤੇਰੇ ਕਰਕੇ ਕਰਕੇ ਤੇਰੇ ਵਜਾਉਣੇ ਪੈਂਦੇ ਨੀ ਤੇਰੇ ਕਰਕੇ ਤੇ ਭਾਅ ਜੀ ਜਿਹੜਾ ਤੁਸੀਂ ਰੈਪ ਲਿਖਿਆ ਵਾ ਮੈਂ ਨਾ ਹਨੀ ਸਿੰਘ ਦੇ ਕਿਤੇ ਛੱਡਤਾ ਤੁਸੀਂ ਪਿੱਛੇ ਓਏ ਹੋਏ ਕਿਆ ਬਾਤਾਂ ਭਾਈ ਮੈਂ ਪੂਰੀਆਂ ਤੁਸੀਂ ਗੱਲਾਂ ਬਾਤਾਂ ਪੂਰੀਆਂ ਤੇਰੇ ਕਰਕੇ ਓਏ ਹੋਏ ਭਾਅ ਜੀ ਕਿਆ ਲਿਖਿਆ ਤੁਸੀਂ ਭਾਅ ਜੀ ਅਤੇ ਭਾਅ ਜੀ ਆ ਤੁਹਾਡੇ ਵੱਲੋਂ ਤੁਹਾਡੀ ਗਾਇਕੀ ਸੁਣ ਕੇ ਜਿਹੜੀ ਆ ਅਤੇ ਮੇਰਾ ਵੀ ਥੋੜ੍ਹਾ ਦਿਲ ਕੀਤਾ ਕਿ ਤੁਹਾਡੇ ਕੁਝ ਲਿਖਣ ਨੂੰ ਦਿਲ ਕੀਤਾ ਵੀ ਰਿਹਾ ਨਹੀਂ ਗਿਆ ਮੇਰੇ ਤੋਂ ਗੱਲ ਕਹਦੀ ਆ ਕਿ ਮੇਰੇ ਅੰਦਰੋਂ ਜਿਹੜੇ ਲਫ਼ਜ਼ ਨਿਕਲੇ ਆ ਉਹ ਮੈਂ ਕੁਝ ਲਿਖੇ ਆ ਅਤੇ ਮੈਂ ਆਸ ਕਰਦਾ ਤੁਸੀਂ ਸ਼ੇਅਰ ਜ਼ਰੂਰ ਪਸੰਦ ਕਰੋਗੇ
ਤੇ ਆ ਸੁਣ ਕੇ ਜਿਹੜਾ ਬਾਕੀ ਮੈਨੂੰ ਤੁਹਾਡੇ ਵਾਂਗੂ ਥੋੜ੍ਹਾ ਗਾਣਾ ਸੁਰ ਸਰ ਤੇ ਮੈਨੂੰ ਲਾਣੇ ਆਉਂਦੇ ਨੀਗੇ ਤੇ ਜਿੱਦਾਂ ਵੀ ਉਹ ਮੈਂ ਟੁੱਟਾ ਵਿੰਗਾ ਜਿੱਦਾਂ ਵੀ ਆ ਮੈਂ ਗਾ ਕੇ ਤੇ ਤੁਹਾਡੇ ਅਰਜ਼ ਕਰਦਾ ਠੀਕ ਹੈ ਜੀ ਸਦਕੇ ਜਾਵਾਂ ਮੈਂ ਤੇਰੀ ਗਾਇਕੀ ਤੇ ਦਿਲ ਕਰੇ PCR ਦੇ ਹੂਟਰ ਸੁਣੀ ਜਾਵਾਂ ਮੈਂ ਵਾਰ ਵਾਰ ਕੀਤੇ ਤੇਰੇ ਰੈਪ ਨੇ ਕਰ ਦਿੱਤਾ ਹਨੀ ਸਿੰਘ ਨੂੰ ਬਿਮਾਰ ਯੋ ਯੋ ਨਛੱਤਰ ਸਿੰਘ ਰਾਈਟ ਯੂ ਜਸ ਨਾਉ ਯੂ ਸਿੰਗਿੰਗ ਦਿਸ ਵਨ ਸੋ ਤੇਰੀ ਅਣਮੁੱਲੀ ਗਾਇਕੀ ਨੇ ਲਾ ਦਿੱਤੀਆਂ ਟੱਟੀਆਂ ਗਾਇਕਾਂ ਨੂੰ ਜਾਂਦੇ ਨਹੀਂ ਉਹ ਟੋਇਲਟ ਵਾਰ ਵਾਰ ਸਦਕੇ ਜਾਵਾਂ ਮੈਂ ਧਰਤੀ ਜੀਰੇ ਦੀ ਸਦਕੇ ਜਾਵਾਂ ਮੈਂ ਧਰਤੀ ਜੀਰੇ ਦੀ ਤੇ ਜਿੰਨੇ ਜੰਮਿਆ ਯੋ ਯੋ ਨਛੱਤਰ ਸਿੰਘ ਵਰਗਾ ਫੁਨਕਾਰ ਤੇਰੀ ਇਹ ਸੁਰੀਲੀ ਆਵਾਜ਼ ਤੇ ਤੇਰੀ ਇਹ ਸੁਰੀਲੀ ਆਵਾਜ਼ ਤੇ ਕੋਇਲ ਵੀ ਰੋਂਦੀ ਏ ਕਹਿੰਦੀ ਏ ਰੱਬਾ ਕਿਉਂ ਨਹੀਂ ਦਿੱਤਾ ਮੈਨੂੰ ਯੋ ਯੋ ਨਛੱਤਰ ਸਿੰਘ ਵਰਗੀ ਆਵਾਜ਼ ਏ ਨਹੀਂਓ ਵੇਖਿਆ ਮੈਂ ਦੁਨੀਆਂ ਤੇ ਅੱਜ ਤੱਕ ਨਹੀਂਓ ਵੇਖਿਆ ਮੈਂ ਦੁਨੀਆਂ ਤੇ ਅੱਜ ਤੱਕ ਫਨਕਾਰ ਐਸਾ ਬਣਿਆ ਹੋਵੇ ਜੇ ਰਾਤੋ ਰਾਤ ਸਟਾਰ ਵਾਹ ਜੀ ਵਾਹ ਨਛੱਤਰ ਸਿੰਘ ਜੀ ਤੁਸੀਂ ਤੇ ਰਾਤੋ ਰਾਤ ਸਟਾਰ ਬਣ ਗਏ ਹੋ ਚੱਕੀ ਜਾਂ ਫੱਟੇ ਯੋ ਯੋ ਨਛੱਤਰ ਸਿੰਘ ਵੀਰੇ ਚੱਕੀ ਜਾਂ ਫੱਟੇ ਯੋ ਯੋ ਨਛੱਤਰ ਸਿੰਘ ਵੀਰੇ ਤੇਰੇ ਨਾਲ ਹੈ ਸਿੰਘਾਪੁਰ ਤੇ ਹੋਰ ਵੀ ਸਾਰਾ ਸੰਸਾਰ ਸੋ ਯੋ ਯੋ ਨਛੱਤਰ ਸਿੰਘ ਜੀ ਤੁਸੀਂ ਇਸੇ ਤਰ੍ਹਾਂ ਹੀ ਆਪਣੀ ਪੂਰੀ ਗਾਇਕੀ ਦੇ ਝੰਡੇ ਗੜਦੇ ਰਹੋ ਤੇ ਤੁਹਾਡੀ ਆਵਾਜ਼ ਪਰਮਾਤਮਾ ਹੋਰ ਸੁਰੀਲੀ ਬਣਾਵੇ ਤੇ ਬਹੁਤ ਹੀ ਸੋਹਣਾ ਤੁਸੀਂ ਗਾਇਆ ਹੈ ਮੈਂ ਨਾ ਵੀ ਸਾਡੇ ਇੱਥੇ ਸਿੰਘਾਪੁਰ ਦੇ ਸਾਊਥ ਇੰਡੀਅਨ ਜਿਹੜੇ ਆ ਨਾ ਉਹਨਾਂ ਨੂੰ ਹੋਰ ਤੇ ਦਿਲਜੀਤ ਕੋਈ ਹੋ ਗਿਆ ਗਿੱਪੀ ਸ਼ਿੱਪੀ ਵਰਗੇ ਉਹਨਾਂ ਦੇ ਗਾਣੇ ਨਹੀਂ ਸਮਝ ਆਏ ਪਰ ਤੁਹਾਡਾ ਜਿਹੜਾ PCR ਦਾ ਹੂਟਰ ਆ ਉਹਨਾਂ ਦੀ ਵੀ ਜ਼ਬਾਨ 'ਤੇ ਪੂਰਾ ਚੱਲ ਰਿਹਾ ਵਾ ਤੋ ਵੀ ਕੀਪ ਸਪੋਰਟਿੰਗ ਯੂ ਸੋ ਜਿਉਂਦੇ ਵਾਸਤੇ ਰਹੋ ਓਕੇ ਥੈਂਕ ਯੂ